ਜਾਂ ਦੋਸਤੋ ਐਂਡੀ ਧੁੱਗੇ ਨਾਲ ਤੇਰੀ ਨਿੱਤ ਬਹਿਣੀ ਉੱਠਣੀ ਮਿਲੇਨੀਅਮ ਟਾਇਰਾਂ ਵਾਲੇ ਬੰਦੇ ਤਕੜੇ ਇਹ ਬੋਲ ਆਪਾਂ ਅਕਸਰ ਪੰਜਾਬੀ ਗੀਤਾਂ ਵਿੱਚ ਬਹੁਤ ਸੁਣਦੇ ਹਾਂ। ਮਿਲੇਨੀਅਮ ਟਾਇਰਾਂ ਵਾਲੇ ਆਪੇ ਵਾਰ ਵਾਰ ਤੇਰੀ ਸੂਈ ਰਹਿੰਦੀ ਅੜਦੀ ਐਂਡੀ ਧੁੱਗੇ ਤੇ ਬਬਲ ਦੀ ਆ ਯਾਰੀ ਪਿੱਛੇ ਯਾਦ ਤੂੰ ਭੁਲਾਈ ਬੈਠਾ ਕਰਦੀ। ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਐਂਡੀ ਧੁੱਗਾ ਜੀ ਬਾਰੇ ਕਿੱਦਾਂ ਬਣੇ ਐਂਡੀ ਧੁੱਗਾ ਜੀ ਤਕੜੇ ਤੇ ਮਿਲੇਨੀਅਮ ਟਾਇਰਾਂ ਦੇ ਮਾਲਕ। ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੁਣ ਤੁਹਾਡਾ ਸਭ ਦਾ ਸਵਾਗਤ ਆ ਦੇਸੀ ਤੜਕਾ ਤੇ ਵਿਰਸਾ ਟੀਵੀ ਦੇ ਵਿੱਚ ਤੇ ਮੈਂ ਤੁਹਾਡਾ ਆਪਣਾ ਹੋਸਟ ਮੋਹਿਤ। ਤੇ ਅਕਸਰ ਸੁਣਦੇ ਨੇ ਕਿ ਮਿਹਨਤ ਇਨਸਾਨ ਦਾ ਕਰਮ ਹੁੰਦਾ ਹੈ ਤੇ ਜਿਹੜਾ ਇਨਸਾਨ ਮਿਹਨਤ ਨੂੰ ਕਰਮ ਸਮਝ ਕੇ ਕਰਦਾ ਹੈ ਉਸ ਇਨਸਾਨ ਨੂੰ ਕਰਮਯੋਗੀ ਇਨਸਾਨ ਕਹਿੰਦੇ ਨੇ। ਕੁਝ ਇਸੇ ਤਰ੍ਹਾਂ ਹੀ ਇਹ ਸਟੋਰੀ ਧੁੱਗਾ ਫੈਮਿਲੀ ਜੀ ਦੀ ਹੈ। ਕਿੱਦਾਂ ਧੁੱਗਾ ਫੈਮਿਲੀ ਨੇ ਕੈਨੇਡਾ ਦੇ ਵਿੱਚ ਸਟਰਗਲ ਕਰਕੇ ਮਿਲੇਨੀਅਮ ਟਾਇਰਾਂ ਦੀ ਕੰਪਨੀ ਖੋਲ੍ਹੀ ਅਤੇ ਅੱਜ ਉਹਨਾਂ ਦੇ ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਮੋਹਤਵਾਰ ਬੰਦਿਆਂ ਵਿੱਚ ਨਾਮ ਇੱਕ ਆਉਂਦਾ ਹੈ। ਐਂਡੀ ਧੁੱਗਾ ਜੀ ਦੀ ਲਾਈਫ ਦੀ ਸਟੋਰੀ 1989 ਤੋਂ ਸ਼ੁਰੂ ਹੋਈ ਜਦੋਂ ਉਹਨਾਂ ਨੇ ਕੈਨੇਡਾ ਦੀ ਧਰਤੀ 'ਤੇ ਪੈਰ ਰੱਖਿਆ। ਉਹਨਾਂ ਨੇ ਦੱਸਿਆ ਕਿ ਕੁਝ ਟਾਈਮ ਉਹ ਇੰਗਲੈਂਡ ਦੇ ਵਿੱਚ ਵੀ ਰਹਿ ਕੇ ਆਏ ਨੇ ਅਤੇ ਜਦੋਂ ਉਹ ਕੈਨੇਡਾ ਆਏ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਉੱਥੇ ਕੋਈ ਵੀ ਨਹੀਂ ਸੀ ਜਾਣਦਾ, ਨਾ ਹੀ ਉਹਨਾਂ ਦਾ ਉੱਥੇ ਕੋਈ ਰਿਲੇਟਿਵ ਸੀ, ਨਾ ਹੀ ਉਹਨਾਂ ਦਾ ਕੋਈ ਸਪੋਰਟਿਵ ਫਰੈਂਡ। ਅਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ 3 ਸਾਲ ਫੈਕਟਰੀ ਦੇ ਵਿੱਚ ਕੰਮ ਕੀਤਾ ਅਤੇ ਉਸ ਤੋਂ ਬਾਅਦ ਉਹਨਾਂ ਦੀ ਪ੍ਰਮੋਸ਼ਨ ਐਜ਼ ਏ ਸੁਪਰਵਾਈਜ਼ਰ ਹੋ ਗਈ ਅਤੇ ਕੰਮਕਾਰ ਵਧੀਆ ਹੋਣ ਦੇ ਨਾਲ ਨਾਲ ਉਹਨਾਂ ਨੇ 1993 ਦੇ ਵਿੱਚ ਆਪਣੀ ਸਾਰੀ ਫੈਮਿਲੀ ਨੂੰ ਕੈਨੇਡਾ ਦੀ ਧਰਤੀ 'ਤੇ ਬੁਲਾ ਲਿਆ ਅਤੇ ਵੱਡੇ ਹੋਣ ਦੇ ਨਾਤੇ ਉਹਨਾਂ 'ਤੇ ਜ਼ਿੰਮੇਵਾਰੀਆਂ ਬਹੁਤ ਭਾਰੀਆਂ ਸੀ। ਉਹਨਾਂ ਨੇ ਆਪਣੇ ਛੋਟੇ ਬ੍ਰਦਰ ਨੂੰ ਪੜ੍ਹਾਇਆ ਅਤੇ ਆਪਣੀ ਸਿਸਟਰ ਦੀ ਮੈਰਿਜ ਕੀਤੀ ਅਤੇ 1995 ਦੇ ਵਿੱਚ ਉਹਨਾਂ ਨੇ ਆਪਣਾ ਟਰਾਂਸਪੋਰਟ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਨਾਲ ਦੀ ਨਾਲ ਆਪਣੀ ਜੌਬ ਨੂੰ ਵੀ ਬਰਕਰਾਰ ਰੱਖਿਆ। ਸੋ ਦੋਸਤੋ, ਅਸਲੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੁੰਦਾ ਹੈ ਉਦੋਂ ਜਦੋਂ ਉਹਨਾਂ ਨੇ 99 ਵਿੱਚ ਆਪਣੀ ਟਾਇਰਸ ਦੀ ਸ਼ੋਪ ਖੋਲ੍ਹੀ ਅਤੇ ਉਸ ਸ਼ੋਪ ਦਾ ਨਾਮ ਉਹਨਾਂ ਨੇ ਮਿਲੇਨੀਅਮ ਟਾਇਰਸ ਦੇ ਨਾਮ 'ਤੇ ਰੱਖਿਆ ਅਤੇ ਇੱਕ ਭਰਾ ਨੇ ਤਸਵੀਰ ਬਣਾਉਣੀ ਸ਼ੁਰੂ ਕੀਤੀ ਅਤੇ ਦੂਜੇ ਭਰਾ ਨੇ ਉਸ ਵਿੱਚ ਰੰਗ ਭਰਨੇ ਸ਼ੁਰੂ ਕੀਤੇ ਅਤੇ ਤੀਜੇ ਭਰਾ ਨੇ ਉਸਨੂੰ ਫਰੇਮ ਦੇ ਵਿੱਚ ਰੱਖਿਆ ਅਤੇ ਇਸੇ ਤਰ੍ਹਾਂ ਹੀ ਤਿੰਨੇ ਭਰਾਵਾਂ ਦੀ ਸਖ਼ਤ ਮਿਹਨਤ ਨੇ ਅੱਜ ਉਹਨਾਂ ਦੇ ਮਿਲੇਨੀਅਮ ਟਾਇਰ ਨੂੰ ਕੈਨੇਡਾ ਦੇ ਹਰ ਇੱਕ ਕੋਨੇ ਦੇ ਵਿੱਚ ਮਸ਼ਹੂਰ ਕਰ ਦਿੱਤਾ ਅਤੇ ਉਹਨਾਂ ਦੀ ਇਸ ਮਿਹਨਤ ਨੇ ਪੰਜਾਬ ਵਿੱਚ ਰਹਿੰਦੇ ਪੰਜਾਬੀਆਂ ਲਈ ਇੱਕ ਮਿਸਾਲ ਕਾਇਮ ਕੀਤੀ ਅਤੇ ਉਹਨਾਂ ਨੇ ਦੱਸਿਆ ਕਿ ਜਦੋਂ ਉਹ ਮਿਹਨਤ ਕਰ ਰਹੇ ਸੀ ਤਾਂ ਪੰਜਾਬੀਆਂ ਨੇ ਹੀ ਉਹਨਾਂ ਦੀਆਂ ਬਹੁਤ ਲੱਤਾਂ ਖਿੱਚੀਆਂ ਅਤੇ ਹੋਰ ਤਾਂ ਹੋਰ ਉਹਨਾਂ ਨੇ ਦੱਸਿਆ ਕਿ ਜਿਸ ਫੈਕਟਰੀ ਦੇ ਵਿੱਚ ਉਹ ਪਹਿਲਾਂ ਕੰਮ ਕਰਦੇ ਸੀ ਉੱਥੇ ਜੋ ਗੋਰੇ ਉਹਨਾਂ ਨਾਲ ਚੰਗਾ ਵਿਵਹਾਰ ਨਹੀਂ ਸੀ ਕਰਦੇ ਅੱਜ ਉਹੀ ਗੋਰੇ ਉਹਨਾਂ ਨੂੰ ਸਰ ਸਰ ਕਹਿ ਕੇ ਬੁਲਾਉਂਦੇ ਨੇ। ਅਤੇ ਦੋਸਤੋ, ਉਹਨਾਂ ਦੀ ਇਸ ਗੱਲ ਦੀ ਤਾਰੀਫ ਕਰਨੀ ਬਣਦੀ ਆ, ਉਹਨਾਂ ਨੇ ਪੰਜਾਬੀ ਯੂਥ ਨੂੰ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਪੰਜਾਬ ਦੇ ਵਿੱਚ ਸਪੋਰਟਸ ਕਲੱਬ ਬਣਾਏ ਅਤੇ ਇਹਨਾਂ ਵੱਲੋਂ ਖੇਡ ਦੇ ਮੇਲੇ ਪੰਜਾਬ ਦੀ ਧਰਤੀ 'ਤੇ ਹੀ ਨਹੀਂ ਬਲਕਿ ਕੈਨੇਡਾ ਦੀ ਧਰਤੀ 'ਤੇ ਵੀ ਕਰਵਾਏ ਜਾਂਦੇ ਨੇ ਅਤੇ ਹੋਰ ਤਾਂ ਹੋਰ ਇਹ ਪੰਜਾਬ ਦੇ ਵਿੱਚ ਗਰੀਬ ਕੁੜੀਆਂ ਦਾ ਵੀ ਵਿਆਹ ਕਰਦੇ ਨੇ ਅਤੇ ਨਾਲ ਦੀ ਨਾਲ ਇਹਨਾਂ ਨੂੰ ਪਿੰਡ ਦੇ ਵਿੱਚ ਵੀ ਦਾਨੀ ਪਰਿਵਾਰ ਦੇ ਨਾਮ 'ਤੇ ਜਾਣਿਆ ਜਾਂਦਾ ਹੈ। ਸੋ ਦੋਸਤੋ, ਇਹ ਤਾਂ ਸੀ ਧੁੱਗਾ ਫੈਮਿਲੀ ਦੀ ਸਟਰਗਲਿੰਗ ਸਟੋਰੀ, ਕਿੱਦਾਂ ਧੁੱਗਾ ਫੈਮਿਲੀ ਨੇ ਸਟਰਗਲ ਕਰਕੇ ਅੱਜ ਕੈਨੇਡਾ ਦੇ ਵਿੱਚ ਨਿਊ ਮਿਲੇਨੀਅਮ ਟਾਇਰਾਂ ਦੇ ਨਾਮ 'ਤੇ ਆਪਣੀ ਸ਼ੋਪ ਖੋਲ੍ਹੀ ਅਤੇ ਕੰਮ ਛੋਟਾ ਵੱਡਾ ਨਾਂ ਦੇਖਦਿਆਂ ਦਿਨ ਰਾਤ ਮਿਹਨਤ ਕੀਤੀ। ਸੋ ਜਾਂਦੇ ਜਾਂਦੇ ਇੱਕੋ ਗੱਲ ਕਹਿਣੀ ਚਾਹੁੰਦੇ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ, ਇਹ ਆਪਣੀ ਸੋਚ ਛੋਟੀ ਵੱਡੀ ਹੁੰਦੀ ਹੈ ਅਤੇ ਜਦੋਂ ਤੱਕ ਆਪਣੀ ਸੋਚ ਨਹੀਂ ਬਦਲਦੀ ਤਾਂ ਆਪਾਂ ਜ਼ਿੰਦਗੀ ਵਿੱਚ ਤਰੱਕੀ ਨਹੀਂ ਕਰ ਸਕਦੇ। ਸੋ ਦੋਸਤੋ, ਹੁਣ ਮੈਂ ਲੈਣਾ ਸਭ ਤੋਂ ਇਜਾਜ਼ਤ। ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਅੱਜ ਹੀ ਸਬਸਕ੍ਰਾਈਬ ਕਰ ਲੈਣ ਤਾਂ ਜੋ ਆਪਣੀ ਯੂਟਿਊਬ ਦੀ ਫੈਮਿਲੀ ਹੋ ਸਕੇ ਹੋਰ ਵੱਡੀ। ਧੰਨਵਾਦ। ਸਾਡੀਆਂ ਨਵੀਆਂ ਅਪਡੇਟ ਦੇਖਣ ਦੇ ਲਈ ਵਿਰਸਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਦਬਾ ਦਿਓ ਬੈਲ ਦਾ ਆਈਕਾਨ।